ਚੋਰਾਂ ਨੇ ਇੱਕ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਤੇ ਜਿਸ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹ ਐਸਪੀ ਦਫ਼ਤਰ ਤੋਂ ਕੁਝ ਹੀ ਦੂਰੀ ਦੇ ਉੱਤੇ ਸਥਿਤ ਹੈ। ਜ਼ਿਕਰਯੋਗ ਹੈ ਕਿ ਚੋਰ ਮੈਡੀਕਲ ਸਟੋਰ ਤੋਂ ਨਕਦੀ ਲੈ ਕੇ ਫਰਾਰ ਹੋ ਗਏ ਨੇ। ਫਗਵਾੜਾ ਦੇ ਵਿੱਚ ਦਿਨੋ ਦਿਨ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜਾਫਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਆਏ ਦਿਨ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਇੱਕ ਮੈਡੀਕਲ ਸਟੋਰ ਦਾ ਜਿੱਥੇ ਚੋਰਾਂ ਨੇ ਆਪਣਾ ਹੱਥ ਸਾਫ਼ ਕੀਤਾ। ਚੋਰ ਇੱਥੋਂ ਦੀ ਨਕਦੀ ਲੈ ਕੇ ਫਰਾਰ ਹੋ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਜਿਸ ਮੈਡੀਕਲ ਸਟੋਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ ਉਹ ਐਸਪੀ ਦਫ਼ਤਰ ਤੋਂ ਕੁਝ ਹੀ ਦੂਰੀ ਉੱਤੇ ਸਥਿਤ ਹੈ। ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੋਰਾਂ ਨੂੰ ਹੁਣ ਕਾਨੂੰਨ ਦਾ ਕਿੰਨਾ ਕੁ ਡਰ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਭਾਈ ਸਾਹਿਬ ਕੀ ਮਾਮਲਾ ਕੀ ਹੈ ਸਵੇਰੇ ਸਵੇਰੇ ਜਿਹੜਾ ਅੱਜ ਮਾਮਲਾ ਕੁਛ ਨਹੀਂ, ਸਾਨੂੰ ਤਾਂ ਹੁਣ ਫੋਨ ਗਿਆ ਹੈਗਾ ਸਵੇਰੇ ਕਿ ਇੱਦਾਂ ਕਰਕੇ ਆ ਚੋਰੀ ਹੋ ਗਈ ਆ, ਸਾਡਾ ਕੈਸ਼ ਗਾਇਬ ਹੋਇਆ ਵਾ, ਉਹ ਹੁਣ ਮੇਰੇ ਅਸਿਸਟੈਂਟ ਦੇ ਆਏ ਤੇ ਪਤਾ ਲੱਗਣਾ ਹੈਗਾ। ਕੈਸ਼ ਕਿੰਨਾ ਸੀਗਾ? ਕੈਸ਼ ਤਾਂ ਹੁਣ ਆਇਆ ਤੇ ਪਤਾ ਲੱਗਣਾ ਜੀ, ਅਸੀਂ ਘਰ ਨਹੀਂ ਸੀ ਲੈ ਕੇ ਜਾਂਦੇ। 18 ਤਰੀਕ ਨੂੰ ਮੇਰੇ ਲੜਕੇ ਦੇ ਸੱਟ ਲੱਗੀ ਹੋਈ ਆ ਤੇ ਮੈਂ ਬਾਹਰੋਂ ਆਇਆ, 21 ਤਰੀਕ ਨੂੰ ਮੈਂ ਬਾਹਰੋਂ ਆਇਆ ਵਾ ਤੇ ਉਦੋਂ ਦਾ ਕੈਸ਼ ਇੱਥੇ ਸੀ। ਕੱਲ੍ਹ ਉਹਦੇ ਵਿੱਚੋਂ ਕੁਛ ਅਸੀਂ 23,000 ਰੁਪਈਆ ਇਹਨਾਂ ਨੂੰ ਦੇ ਦਿੱਤਾ ਸੀਗਾ ਕਮੇਟੀ ਵਾਲਿਆਂ ਦੇ ਸ਼ੌਪ ਕਿਰਾਏ ਤੇ, ਇਹਨਾਂ ਦੇ ਮਿਊਚੁਅਲ ਕਾਰਪੋਰੇਸ਼ਨ ਵਾਲਿਆਂ ਦੇ ਲਗਭਗ ਵੀ ਕੁਛ ਅੰਦਾਜ਼ਾ ਕੁਛ ਨਹੀਂ ਜੀ ਕਹਿ ਸਕਦੇ। ਉਹ ਤਾਂ ਸਾਰੀਆਂ ਪਰਚੀਆਂ ਬਣੀਆਂ, ਸਾਡੇ ਕੈਸ਼ ਨਹੀਂ ਜਿੰਨੀਆਂ ਹੈਗੀਆਂ। ਸਰ ਪੁਲਿਸ ਕੰਪਲੇਂਟ ਕੀਤੀ? ਆਏ ਆ ਜੀ ਉਹ ਪੁਲਿਸ ਵਾਲੇ, ਅਸੀਂ ਨੇ ਖੁਦ ਤਾਂ ਕਹਿੰਦੇ ਆਪਣੇ ਆਪ ਹੀ ਉਹ ਆ ਕੇ ਦੇਖ ਕੇ ਜੀਡੀ ਰੋਡ ਦੇ ਖੋਣ ਦੇ ਨਾਤੇ, ਅਸੀਂ ਤਾਂ ਹੁਣ ਆਪਣੀ ਕਾਰਵਾਈ ਕਰਾਂਗੇ ਜਿਹੜੀ। ਸਰ ਗੱਲੇ 'ਚ ਵੀ ਪੈਸੇ ਪਏ, ਗੁਜ਼ਾਰਾ ਪੈਸੇ ਸੀਗੇ? ਗੱਲੇ ਸੀਗੇ ਪੈਸੇ। ਅਮਾਊਂਟ ਕਿੰਨੀ ਸੀ? ਨਹੀਂ ਹੁਣ ਕੁਛ ਨਹੀਂ ਕਿਹਾ ਜਾ ਸਕਦਾ ਜੀ।